ਉਸ ਸਮੇਂ ਦਾ ਅੰਗਰੇਜ਼ ਕਵੀ ਲਿਖਦਾ ਵੀ ਜੇ ਸਿੱਖ ਦੁਬਾਰੇ ਕਦੇ ਉੱਤੇ ਸਾਡੇ ਚੜ੍ਹ ਕੇ ਆ ਗਏ ਤਾਂ ਅਸੀਂ ਤਬਾਹ ਹੋ ਜਾਵਾਂਗੇ ਦੁਨੀਆਂ। ਪਰ ਸਾਨੂੰ ਨਹੀਂ ਪਤਾ ਕੌਣ ਸੀ ਸ਼ੇਰੇ ਪੰਜਾਬ, ਕੌਣ ਸੀ ਮਹਾਰਾਜੀ ਜਿੰਦਾ, ਕਿਉਂ ਜਲਾਵਤਨ ਹੋਇਆ ਦਲੀਪ ਸਿੰਘ, ਸਭ ਸਿੰਘ ਅਕਾਲੀ ਕੌਣ ਸੀ, ਜੱਸਾ ਸਿੰਘ ਆਦੂ ਵਾਲਿਆ ਕੌਣ ਸੀ। ਇਹ ਹੁੰਦਾ ਪੀੜ੍ਹੀ ਦਰ ਪੀੜ੍ਹੀ ਜੋ ਦੱਸਣਾ ਹੁੰਦਾ ਆਪਣੀ ਅਗਲੀ ਨਸਲ ਨਿਸ਼ਾਨੀਆਂ ਸਾਡੀਆਂ ਖਤਮ ਕਰਤੀਆਂ। ਬਾਰਵੀਂ ਦੀ ਇਤਿਹਾਸ ਦੀ ਕਿਤਾਬ ਲਿਖੀ ਹੈ ਜਿਹਦਾ ਮੋਰਚਾ ਲੱਗਿਆ ਜਿਹਦੇ ਖਿਲਾਫ਼ ਮੋਹਾਲੀ ਸਿੱਖਿਆ ਬੋਰਡ ਦਫ਼ਤਰ ਦੇ ਅੱਗੇ, ਉਸ ਕੀ ਲਿਖਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਆਪਣੇ ਬੱਚਿਆਂ ਨੂੰ ਛੱਡ ਕੇ ਭਗੌੜਾ ਹੋ ਗਿਆ। ਕੀ ਲਿਖਿਆ ਗਿਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਪੰਜਵੇਂ ਪਾਤਸ਼ਾਹ ਸ਼ਹੀਦੀ ਤੋਂ ਬਾਅਦ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਸੀ। ਅੱਜ ਤੋਂ 2-400 ਸਾਲ ਨੂੰ ਤੁਹਾਡੇ ਨਸਲਾਂ ਦੇ ਕਿਤਾਬਾਂ ਚ ਪੜ੍ਹਦਾ ਤਾਂ ਕੀ ਸੋਚਣਗੇ, ਨਿਸ਼ਾਨੀਆਂ ਖਤਮ ਹੋਣੀਆਂ। ਅਜਨਾਮੀ ਲੋਕ ਜਿੱਥੋਂ ਸਿਕੰਦਰ ਉੱਠ ਕੇ ਆਇਆ ਸੀ ਉਹ 10,000-15,000 ਸਾਲ ਦਾ ਇਤਿਹਾਸ ਸਾਂਭੀ ਬੈਠੇ, ਸਾਡੇ ਕੋਲ 500 ਸਾਲ ਪੁਰਾਣਾ ਨਹੀਂ ਬੈਠਾ। ਸਾਡੇ ਆਲੇ ਦੁਆਲੇ ਕੋਈ ਬਰਾਬਰ ਨਿਸ਼ਾਨੀ ਪਈ ਹੋਵੇ ਕਹਿੰਦਾ 2,500 ਸਾਲਾਂ। ਇਟਲੀ ਸਿਓਂ ਚੁੰਬੜੀ ਹੋਈ ਹੈ, ਬਾਬੇ ਚੋਲਿਆਂ ਵਾਲੇ ਆ ਜਾਂਦੇ ਆ ਲੈ ਕੇ ਥਾਉੜੇ, ਜੇ ਉਹ ਢਾ ਕੇ ਨਵਾਂ ਬਣਾ ਦਈਏ। ਤੁਹਾਡਾ ਇਤਿਹਾਸ ਗੁਰਦੁਆਰਿਆਂ ਦੀਆਂ ਕੰਧਾਂ ਦੇ ਉੱਤੇ ਚੜੇ ਹੋਏ ਪੱਥਰ ਨੇ ਨਹੀਂ ਬੋਲਣਾ, ਤੁਹਾਡਾ ਇਤਿਹਾਸ ਕੰਧਾਂ 'ਚ ਲੱਗੀਆਂ ਹੋਈਆਂ ਗੋਲੀਆਂ ਨੇ ਬੋਲਣਾ, ਢੁੱਲੇ ਹੋਏ ਖੂਨ ਨੇ ਬੋਲਣਾ। ਉਹ ਨਹੀਂ ਰਿਹਾ ਵਧਾਤਾ ਵਧਾਤਾ, ਇਹ ਵਾਪਰ ਰਿਹਾ ਸਾਡੇ ਨਾਲ। ਸੋ ਅਗਲੀ ਗੱਲ, ਇਨਕਲਾਬ ਆ ਗਿਆ ਕਿ ਨਹੀਂ ਆਇਆ? ਇਨਕਲਾਬ ਆ ਗਿਆ ਕੋਈ ਯਾਰੋ? ਪਰ ਬਹੁਤ ਜ਼ੋਰ ਲਾਇਆ ਸੀ ਯਾਰ ਇਨਕਲਾਬ ਲਿਆਉਣ, ਕਿਉਂ ਬਈ ਤੁਹਾਡੇ ਗੁਰਦੁਆਰੇ ਕਿੰਨੇ ਆ? ਸਿਰੇ ਵੀ ਕੋਈ ਆ? ਚੰਗੀ ਗੱਲ ਹੈ, ਪਿੰਡਾਂ ਦੇ ਨਹੀਂ ਗੁਰਦੁਆਰੇ ਸੇਵੇ ਜਾਤਾਂ ਦੇ ਲੋਕ, ਮਲੀ ਸਿੱਖਾਂ ਦੇ ਸੇਵੇ ਆ, ਰਘਵਾਸੀਆਂ ਦਾ ਗੁਰਦੁਆਰਾ ਹੈ, ਜੱਟਾਂ ਦੇ ਸੇਵੇ ਅੱਡ ਹੈ, ਗੁਰਦੁਆਰੇ ਅੱਡ ਹੈ, ਇਹ ਸਿੱਖੀ ਨਹੀਂ ਆ। ਸਿੱਖੀ ਜਾਤ ਪਾਤ ਨੂੰ, ਊਚ ਨੀਚ ਨੂੰ, ਭੇਦਭਾਵ ਨੂੰ ਖਤਮ ਕਰਦੀ ਹੈ। ਸਾਡੇ ਗੁਰੂਆਂ ਨੇ ਸਭ ਨੂੰ ਇੱਕ ਕਹਿ ਕੇ ਗੱਲ ਨਾਲ ਲਾਇਆ ਸੀ। ਵਧੀਆ ਗੱਲ ਹੈ, ਦੇਖੋ ਅਸੀਂ ਪੰਜਾਬ ਬਚਾਉਣ ਦੀ ਗੱਲ ਕਰਦੇ ਹਾਂ, ਪੰਜਾਬ ਤਾਂ ਬਚੂ ਜੇ ਸਾਡੇ ਪਿੰਡ ਬਚਣਗੇ, ਪਿੰਡ ਤਾਂ ਬਚਣਗੇ ਜੇ ਸਾਡੇ ਭਾਈਚਾਰੇ ਕਾਇਮ ਹੋਣਗੇ, ਸਾਡੀਆਂ ਸਾਂਝਾਂ ਕਾਇਮ ਹੋਣਗੀਆਂ। ਇਹ ਘਰਾਂ ਤੋਂ, ਇਹ ਪਿੰਡਾਂ ਤੋਂ ਸ਼ੁਰੂਆਤ ਕਰਨੀ ਪੈਣੀ ਹੈ। ਕੋਈ ਗੁਰਦੁਆਰਾ ਹੁੰਦਾ ਪਿੰਡ ਸਤਨਾਮ ਵਾਲੇ, ਜਦੋਂ ਇਕੱਠੇ ਹੁੰਦੇ ਆ ਤਾਂ ਗੁਰੂ ਘਰ ਦੇ ਵਿੱਚ 100-100 ਰੁਪਇਆ ਇਕੱਠਾ ਕਰਿਆ ਕਰੋ ਸਾਰੇ ਜਾਣੇ। ਕੋਈ ਗਰੀਬ ਬੰਦਾ ਪਿੰਡ ਦਾ, ਮਜ਼ਦੂਰ ਬੰਦਾ, ਸਾਡਾ ਭਰਾ, ਉਹਦਾ ਕੋਈ ਘਰ ਡਿੱਗਿਆ ਹੋਇਆ ਪਾਉਣ ਦਾ, ਉਹਦੀ ਮਦਦ ਕਰਿਆ ਕਰੋ। ਉਹ ਇਲਾਜ ਨਹੀਂ ਕਰਾ ਸਕਦਾ, ਬਿਨਾਂ ਇਲਾਜ ਤੋਂ ਮਰ ਰਿਹਾ ਹੈ, ਉਹਦੀ ਮਦਦ ਕਰਿਆ ਕਰੋ। ਕੰਮ ਆਪਣੇ ਲੋਕਾਂ ਨੂੰ ਦਿਆ ਕਰੋ। ਪਿੱਛੇ ਮੈਂ ਮਹਿਮਤ ਲਾਈ ਸੀ, ਭਈਏ ਭਜਾਓ ਪੰਜਾਬ ਬਚਾਓ, ਸਾਰਾ ਸਾਡਾ ਰਾਮਾ ਰਫੈਂਡਰੀ ਆਇਆ ਦਾ ਜਿਹੜਾ ਯੂਪੀ ਦੇ ਅਰਥ ਕਰਦੇ ਆ, ਕੁੱਲ ਸਾਡੇ ਕਾਰੋਬਾਰ ਦੇ ਭੱਠਿਆਂ ਤੇ, ਟੋਲ ਪਲਾਜ਼ਿਆਂ ਤੇ, ਸ਼ੈਲਰਾਂ ਚ, ਕਾਰਖਾਨਿਆਂ ਚ, ਫੈਕਟਰੀਆਂ ਚ ਭਈਏ ਅੱਗੇ ਬੈਠਦੇ ਆ। ਇਹ ਕੋਸ਼ਿਸ਼ ਕਰੋਗੇ ਅਸੀਂ, ਪਰ ਸਾਡੇ ਲੋਕ ਮੇਰੇ ਖਿਲਾਫ਼ ਹੋ ਗਏ, ਸਾਡਾ ਕੰਮ ਕੌਣ ਕਰੂ? ਭਈਏ ਭਜਾਉਣ ਨੂੰ ਫਿਰਦਾ ਤਾਂ ਕਰੋਨੇ ਵੇਲੇ ਸਾਡੇ ਭਈਏ ਭੱਜ ਗਏ ਸੀ ਪੰਜਾਬ ਚੋਂ, ਉਹਦੇ ਝੋਨਾ ਕਿਵੇਂ ਲੱਗ ਗਿਆ? ਲੱਗਿਆ 300 ਕਰੋੜ ਰੁਪਈਆ ਪੰਜਾਬ ਦਾ, ਪੰਜਾਬ ਕੀ ਰਹਿ ਗਿਆ?
ਸੋ ਮੇਰਾ ਵੀ ਕੋਸ਼ਿਸ਼ ਕਰਾਂ ਜੋ ਆਪਣੇ ਬੰਦਿਆਂ ਨੂੰ ਤਰਜੀਹ ਦਿਓ, ਆਪਣੇ ਬੰਦਿਆਂ ਨੂੰ ਨਾਲ ਖੜੋ ਉਹਨਾਂ ਦੇ, ਕਿਉਂਕਿ ਇਹ ਉਹ ਲੋਕ ਨੇ ਜਿਹੜੇ ਸਾਡੇ ਨਾਲ ਸਦੀਆਂ ਤੋਂ ਲੈ ਕੇ ਸਾਡੇ ਦੁੱਖਾਂ ਸੁੱਖਾਂ ਦੇ ਸਾਂਝੀ ਰਹੇ ਨੇ, ਜਿੰਨਾ ਜੁਨਾਂ ਦੇ ਨਾਲ ਸਾਡੇ ਬਰਾਬਰ ਖੜ ਕੇ ਰਹੇ ਨੇ ਭਾਈ ਅੱਜ ਦੇ ਭਾਈ ਜੀਵਨ ਦੇ ਵਾਸ ਇਸੇ ਕਰਕੇ ਆਪਾਂ ਕਹਿ ਦਿੰਦੇ ਨਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਪਰ ਲਗਾਤਾਰ ਕੋਸ਼ਿਸ਼ ਹੈ ਏਜੰਸੀਆਂ ਦੀ ਸਟੇਟ ਦੀ ਕਿ ਇਹਨਾਂ ਲੋਕਾਂ ਨੂੰ ਜਾਤਾਂ ਦੇ ਨਾਂ ਤੇ ਲਾਇਆ ਜਾਵੇ, ਧਰਮਾਂ ਮਜ਼ਬਾਂ ਦੇ ਨਾਂ ਤੇ ਲਾਇਆ ਜਾਵੇ, ਉਹ ਆਪਾਂ ਦਫਾੜ ਹੋ ਵੀ ਰਹੇ ਹਾਂ। ਸੁਣ ਵਾਲੇ ਪਿੰਡਾਂ ਦੇ ਵਿੱਚ ਇਹ ਵੀ ਗੱਲ ਚੱਲ ਗਈ ਵੀ ਇੱਧਰ ਤਾਂ ਯਾਰ ਬਾਦਲ ਚੰਗੇ ਸੀ, ਬਾਦਲ ਚੰਗੇ ਸੀ ਬਈ, ਕੋਈ ਨੀ ਜਾਣਦਾ ਸਹੀ ਗੱਲ। ਸਾਰਿਆਂ ਨੇ ਪੜ੍ਹਿਆ ਸੁਣਿਆ ਦੇਖਿਆ ਜਿਹੜਾ ਗਦੇ ਸਿੰਘ ਚੌਂਕੇ ਨਾਲ ਕੀ ਕੀਤੀ ਹੈ, ਟੋਟੇ ਟੋਟੇ ਕਰਕੇ ਅੱਖਾਂ ਕੱਢ ਕੇ ਕੀ ਕੁਛ ਕਿੰਨਾ ਘਾਣ ਕਰਕੇ ਘੁੱਟਣੇ ਵਰਗਿਆਂ ਨੇ ਮਾਰਿਆ। ਸੁਖਬੀਰ ਸਿੰਘ ਦੇ ਘਰੇ ਗਿਆ ਪਰਸੋਂ ਚੌਥੇ, ਕਹਿੰਦਾ ਅਸੀਂ ਤੁਹਾਨੂੰ ਇਨਸਾਫ਼ ਦੇਵਾਂਗੇ, ਉਹਦੀ ਧਰਮ ਪਤਨੀ ਨੂੰ ਕਹਿੰਦਾ ਵੀ ਭਰਿਆ ਲੋਕਾਂ 15 ਸਾਲ ਤੇਰਾ ਰੱਬ ਮੁੱਖ ਮੰਤਰੀ ਰਹਿ ਗਿਆ, 8 ਸਾਲ ਤੋਂ ਗ੍ਰਹਿ ਮੰਤਰੀ ਰਿਹਾ ਪੰਜਾਬ ਦਾ, 98 ਦੇ ਵਿੱਚ ਬੀਬੀ ਤਿਵਾੜੀ ਰਿਪੋਰਟ ਆਈ ਦੱਬੀ ਕੀ ਨੇ, 14 ਦੀ ਘੋਟਣਾ ਮਰਿਆ, ਘੋਟਣੇ ਦੇ ਭੋਗਲੇ ਉੱਤੇ ਉਹਦੀ ਅਰਦਾਸ ਕਰਨ ਦੇ ਲਈ ਸ਼੍ਰੋਮਣੀ ਕਮੇਟੀ ਨੇ ਦਬਾਅ ਪਾਇਆ ਭਾਈ ਬਲਦੇਵ ਸਿੰਘ ਬਟਾਲੇ ਦੇ ਉੱਤੇ, ਕਿਹਦੇ ਪਵਾਇਆ, ਬਾਦਲ ਨੂੰ ਜਿਉਂਦੇ ਦੀ ਫਿਕਰ ਰਿਹਾ ਘੋਟਣੇ ਵਰਗੇ ਨੂੰ ਬਚਾਉਣ ਦਾ, ਮਰੇ ਲਈ ਫਿਕਰ ਸੀ ਬਾਦਲ ਨੂੰ ਵੀ ਉਹਦੀ ਅਰਦਾਸ ਨਾ ਰਹੇ ਜੀ। ਇਜ਼ਹਾਰ ਆਲਮ ਮੇਰੇ ਘੋਟਣੇ ਵਾਲਾ, ਉਹਦੇ ਘਰੇ ਟਿਕਟ ਵੀ ਦਿੱਤੀ, ਜੀ ਵੀ ਦਿੱਤੀ, MLA ਬਣਾਇਆ, ਉਹ ਆਲਮ ਜੀ ਨੇ ਆਲਮ ਸੈਨਾ ਬਣਾ ਕੇ ਸਾਨੂੰ ਮਾਰਿਆ, ਸੋ ਕੋ ਕੇ ਨੌਜਵਾਨ ਮੁੰਡੇ ਨੂੰ ਗੇਟ ਮੋਟਰ ਤੇ ਪਾਣੀ ਲਾ ਕੇ ਚੱਕ ਕੇ ਮਾਰਤਾ, ਅੱਤਵਾਦੀ ਕਹਿ ਕੇ ਮਿਲਣ ਲੱਗਿਆ ਮਾਰਤਾ। ਅਜਾਇਬ ਦੇ ਮਾਝੇ ਨੇ ਦੇਖਿਓ ਗੁਰਦਾਸਪੁਰ ਅੰਮ੍ਰਿਤਸਰ ਤਰਨ ਤਾਰਨ ਹਾਲੇ ਰਾਤਾਂ ਵੀ ਕੜੀਆਂ ਕਈ ਪਿੰਡਾਂ ਚ, ਕਿਉਂਕਿ ਬੰਦਾ ਕੋਈ ਛੱਡਿਆ ਹੀ ਨੀ ਸੀ ਘਰੇ, ਦੁੱਧ ਉਹਦੇ ਜਵਾਬ ਵੀ ਮਾਰਦੇ, ਰੌਕੇ ਖੜੇ ਕਰਦੀਆਂ ਕਹਾਣੀਆਂ ਦਾ ਘਰਾਂ ਦੀਆਂ ਰੂਹ ਕੰਬ ਜਾਂਦੀ ਹੈ। ਸਾਰੀ DGP ਲਾਇਆ ਕੀ ਨੇ, ਜਿਹਦੇ ਸਾਡੀਆਂ ਨੌਜਵਾਨ ਵਡਿਆਰਾਂ ਕੁੜੀਆਂ ਅੱਖਾਂ ਦੇ ਲਗੀਆਂ ਕਰ ਕਰਕੇ ਉੱਥੇ ਪਿਓ ਜਾਂ ਭਰਾ ਨੂੰ ਪਾਇਆ, ਉਹ ਭਾਈ ਸ਼ਹੀਦ ਸਵੰਸਿਕ ਖਾਲੜਾ ਜਿਹੜਾ ਕਨੇਡਾ ਤੋਂ ਆਇਆ ਇੱਥੇ ਸਾਡੇ ਲੋਕਾਂ ਦੀ ਖਾਤਰ, ਉਹਨੇ 25,000 ਲਾਸ਼ਾਂ ਦਾ ਅੰਕੜਾ ਇਕੱਠਾ ਕੀਤਾ, ਜਿਹੜਾ ਲਾਵਾ ਸੀ ਕਿ ਇਹਨਾਂ ਨੇ ਸਾੜਤਾ ਫਰੂਕਤਾ ਸੀਗਾ। ਮੈਂ ਗਿਆ ਖਡੂਰ ਸਾਹਿਬ ਮੁਨੀ ਜੀ ਵੋਟਾਂ ਦੇ ਵਿੱਚ ਪ੍ਰਚਾਰ ਕਰਨ ਬੀਬੀ ਖਾਲੜਾ ਦੇ ਲਈ, ਪਿੰਡਾਂ ਚ ਕੱਢ ਹੋਇਆ ਕਰੇ, ਮੈਂ ਜਾਇਆ ਕਰਾਂ, ਮੈਂ ਪੁੱਛਿਆ ਕਰਾਂ ਵੀ ਭਾਈ ਖਾਲੜਾ ਕੌਣ ਸੀ, ਲੋਕ ਚੁੱਪ। ਮੈਂ ਬੀਬੀ ਨੂੰ ਕਿਹਾ ਵੀ ਤੂੰ ਨੀ ਜਾਂਦੀ, ਕਹਿੰਦੀ ਕੀ ਗੱਲ ਪਤਾ, ਮੈਂ ਜਦੋਂ ਨੂੰ ਇਹ ਵੀ ਪਤਾ ਵੀ ਜਸਵੰਤ ਸਿੰਘ ਖਾਲੜਾ ਹੈ ਕੌਣ ਸੀ, ਉਹਦੀ ਕੁਰਬਾਨੀ ਕੀ ਹੈ, ਵੋਟ ਕਿੱਥੇ ਪਾ ਦੇਣੀ, ਉਹ ਕਹਿੰਦਾ ਕਹਿ ਰਹੀ ਵੀ ਤੈਨੂੰ ਬਾਹਰ ਗਏ ਪੰਜਾਬ ਗਏ ਨੂੰ, ਪਰ ਉਹ ਕਹਿੰਦਾ ਨਹੀਂ ਮੇਰੀ ਜਵਾਨੀ ਨੂੰ ਕੋਹ ਕੋਹ ਕੇ ਮਾਰ ਰਿਹਾ ਜੀ, ਮੈਂ ਇੱਥੇ ਬੈਠਾ ਰਵਾਂ ਤੇ ਮੇਰੀ ਜੀਵੀ ਨਹੀਂ ਮੰਗਦੀ, ਇੱਥੇ ਆਇਆ ਸੈਣੀ ਵਰਗੇ ਬੁੱਟਾਂ ਦੇ ਚੱਕਿਆ, ਤਾਂਗੀ ਦਾ ਲੱਤ ਬੰਨ ਕੇ ਤੇ ਦੂਜੀ ਲੱਤ ਤੋਂ ਜੀਪ ਨਾਲ ਬੰਨ ਕੇ ਵਿਚਾਲੇ ਜਾਂਦੇ ਨੂੰ ਪਾੜ ਕੇ ਮਾਰ, ਇਹ ਹੋਈ ਆ ਸਾਡੀ ਕੌਮ 80 ਤੋਂ ਲੈ ਕੇ 95 ਦਾ ਘਾਣ ਕੀ ਨੇ ਕੀਤਾ, ਗੁੜ ਲੋਏ ਢਾਏ ਤੱਕ ਢਾਏ ਅੱਗਾਂ ਲਾਈਆਂ, ਪੈਰ ਪਾਏ ਗਲਾਂ ਚ ਬਲਾਤਕਾਰ ਕੀਤੇ, 95 ਦਾ ਘਾਣ ਹੋਇਆ, 95 ਤੋਂ ਲੈ ਕੇ 2002 ਆ ਗਈ, 7 ਸਾਲ ਜੀ ਭੁੱਲ ਗਏ ਜਿਹੜਾ ਘਾਣ ਘੂਣ ਹੋਇਆ ਸੀ ਸਰਕਾਰ ਬਣਾ,
ਮੰਮਾ ਆਪਣੇ ਤੇ ਹੋਏ ਜਨਮਾਂ ਨੂੰ ਹਜ਼ਾਰਾਂ ਸਾਲ ਨਹੀਂ ਭੁੱਲਦੀਆਂ। ਹਜ਼ਾਰਾਂ ਸਾਲ ਤੁਸੀਂ ਜਪਾਨ ਜਾ ਰਹੇ ਹੋ ਕਦੇ ਤੁਹਾਨੂੰ ਚੀਨ ਦੀ ਬਣਾਈ ਹੋਈ ਸੂਈ ਵੀ ਨਹੀਂ ਮਿਲਣੀ। ਨਵਰਤ ਕਰ ਲਿਆ ਚੀਨੀਆਂ ਨੂੰ, ਡੇਢ ਸੌ ਸਾਲ ਪਹਿਲਾਂ ਚੀਨੀਆਂ ਨੇ ਸਾਡੇ ਤੇ ਜ਼ੁਲਮ ਕੀਤਾ, ਸਾਡਾ ਕਤਲੇਆਮ ਕੀਤਾ ਸੀ, ਅਸੀਂ ਡੇਢ ਮਿੰਟ ਚ ਭੁੱਲ ਜਾਂਦੇ ਹਾਂ। ਆਪਣੇ ਛੱਪਰ ਖਾਧੇ ਤੜਕੇ ਨਾਲ ਫਿਰਦੇ ਹੁੰਦੇ, ਸੱਸ ਦਾ ਬੰਦਾ ਬਣਵਾ ਲਿਆ, ਤੇਰਾਂ ਮਹੀਨੇ ਦਿੱਲੀ ਬੈਠੇ ਰਹੇ ਪਵਾਨੀਆਂ ਡਾਲੀਆਂ ਦੇ ਖਿਲਾਫ, ਇੱਥੇ ਆਏ ਭਰੀਆਂ ਟਰਾਲੀਆਂ। ਉਹ ਡਹਿਰੂ ਜਿਹਦੇ ਮੋਗੇ ਦਾ ਪਿੰਡ, ਉਹਦੇ ਕਣਕ ਵਿੱਚ ਤੁਰ ਪਏ। ਆਹ ਸਾਡੀ ਸੋਚ ਹੈ। ਆਪਾਂ ਨੂੰ ਕੀ ਕਹਿਣਾ, ਉਹ 30 ਸਾਲ ਦਾ ਜਿਹੜਾ ਬੰਦ ਬੈਠਾ।